ਤੇ ਛੱਡਦੇ ਮੈਨੂੰ। ਵੇਦੀ ਸਾਹਿਬ ਤੁਸੀਂ ਪਹਿਲਾਂ ਹੀ ਆਏ ਬੈਠੇ, ਸੋਰੀ ਤੁਹਾਡਾ ਸਵਾਗਤ ਕਰਨਾ ਭੁੱਲ ਗਿਆ ਜੀ ਮੈਂ, ਥੋੜ੍ਹਾ ਮੈਂ ਦਰਸ਼ਕਾਂ ਦਾ ਵੀ ਸਾਡੇ ਨਾਲ ਸਵਾਗਤ ਕਰਦਾ। ਆਪਾਂ ਅੱਜ ਤੁਹਾਡੀ ਇੰਟਰਵਿਊ ਕਰਨੀ ਹੈ, ਤੁਸੀਂ ਸਾਡੇ ਕੋਲ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਇੱਕ ਵਾਰ GMR ਪ੍ਰੋਡਕਸ਼ਨ ਤੇ ਚੈਨਲ ਪੰਜਾਬੀ ਤੁਹਾਡੇ ਲਈ ਇੱਕ ਵਾਰ ਫਿਰ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ। ਉਮੀਦ ਕਰਦਾ ਤੁਸੀਂ ਅੱਜ ਦੇ ਪ੍ਰੋਗਰਾਮ ਪਸੰਦ ਕਰੋਗੇ। ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਪਹਿਲੇ ਮਿਲ ਚੁੱਕੇ ਹੋ, ਸਾਡੇ ਨਾਲ ਸਰਦਾਰ ਅਵਤਾਰ ਸਿੰਘ ਵਿਰਦੀ ਜੀ ਮੌਜੂਦ ਨੇ। ਸੋ ਇਹਨਾਂ ਦੇ ਬਾਰੇ ਆਪਾਂ ਕੁਝ ਗੱਲਾਂ ਕਰਾਂਗੇ ਤੇ ਕੁਝ ਉਹੀ ਉਮਰ ਦੇ ਹਿਸਾਬ ਨਾਲ ਠੀਕ ਹੈ ਇਹਨਾਂ ਦੀ। ਅੱਛਾ, ਕਨਫਿਊਜ਼ਨ ਸ਼ਬਦ ਸਹੀ ਹੈ ਕਿ ਨਹੀਂ ਸਹੀ ਹੈ ਮੈਂ ਤਾਂ ਪੁੱਛਿਆ ਕਿਉਂਕਿ ਵਿਰਦੀ ਸਾਹਿਬ ਖੁਦ ਪ੍ਰੋਫੈਸਰ ਨੇ ਇੰਗਲਿਸ਼ ਦੇ ਜੀ। ਵਿਰਦੀ ਸਾਹਿਬ ਤੁਸੀਂ ਕੈਨੇਡਾ ਆ ਕੇ ਪ੍ਰੋਫੈਸਰ ਬਣੇ ਕਿ ਬਣੇ ਬਣਾਏ ਆਏ ਸੀ? ਮੈਂ ਬਣਿਆ ਬਣਾਇਆ ਆਇਆ ਸੀ ਇੰਡੀਆ ਤੋਂ। ਅੱਛਾ ਜੀ ਜੀ, ਇੰਡੀਆ ਤੋਂ ਤੁਸੀਂ ਪ੍ਰੋਫੈਸਰ ਆਏ ਸੀ? ਹਾਂਜੀ। ਇੰਡੀਆ ਦੇ ਵਿੱਚ ਕਿੰਨੀ ਪੜ੍ਹਾਈ ਕਰਨੀ ਪੈਂਦੀ ਪ੍ਰੋਫੈਸਰ ਬਣਨ ਵਾਸਤੇ? ਵੈਸੇ 12ਵੀਂ ਤੋਂ ਬਾਅਦ ਬਣ ਜਾਂਦਾ? 12ਵੀਂ ਤੋਂ ਬਾਅਦ ਜਿੱਦਾਂ ਕਹਿ ਲਓ ਵੀ 10-12 ਹੋਰ ਕਰਨੀਆਂ ਪੈਂਦੀਆਂ। ਬਾਈ ਕਰਨੀਆਂ ਪੈਂਦੀਆਂ? ਹਾਂਜੀ। ਲੱਗ ਗਿਆ ਝਟਕਾ, ਤੂੰ ਤਾਂ ਬਹੁਤ ਪੜ੍ਹਿਆ ਹੋਣਾ ਜਿੱਦਾਂ ਲੱਗ ਗਿਆ ਝਟਕਾ। ਦੇਖੋ ਅੰਗਰੇਜ਼ੀ ਕੋਈ ਏਡੀ ਔਖੀ ਨਹੀਂ ਹੈ, ਲੇਕਿਨ ਸਾਡੇ ਮੈਂ ਕਹਾਂਗਾ ਕਿ ਜਿਹੜੇ ਪਹਿਲੇ ਟੀਚਰ ਸੀ ਨਾ ਆਪਣੇ, ਉਹਨਾਂ ਨੇ ਸ਼ਾਇਦ ਓਨੀ ਮਿਹਨਤ ਨਹੀਂ ਕੀਤੀ ਇਹਨੂੰ ਆਸਾਨ ਬਣਾਉਣ ਵਾਸਤੇ। ਅੱਛਾ, ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਆਪਾਂ ਨੂੰ ਟੀਚਰਸ ਨੇ ਸਾਰਿਆਂ ਨੂੰ ਇਹ ਸਿਖਾਇਆ ਸੀਗਾ ਕਿ ਬੱਚਿਓ ਯਾਦ ਕਰ ਲਓ ਵਟ ਦਾ ਮਤਲਬ ਕੀ ਹੁੰਦਾ। ਕੀ ਸਾਡੀ ਉੱਥੇ ਅੰਗਰੇਜ਼ੀ ਖਤਮ ਹੋ ਗਈ? ਹਾਂਜੀ। ਕਿਵੇਂ? ਹਾਂਜੀ। ਹੁਣ ਜੇ ਆਪਾਂ ਕਹਿਣਾ ਹੋਵੇ ਕਿ ਤੁਹਾਡਾ ਨਾਂ ਕੀ ਹੈ, ਵਟ ਇਜ਼ ਯੋਰ ਨੇਮ, ਤੁਸੀਂ ਕੀ ਪਸੰਦ ਕਰਦੇ ਹੋ, ਵਟ ਡੂ ਯੂ ਲਾਈਕ, ਜੇ ਕਹਿਣਾ ਹੋਵੇ ਕੀ ਤੁਸੀਂ ਤਿਆਰ ਹੋ, ਵਟ ਯੂ ਰੈਡੀ। ਹਾਂਜੀ। ਹੁਣ ਕੀ ਦੀ ਅੰਗਰੇਜ਼ੀ ਇੱਥੇ ਵੱਟ ਕਿੱਦਾਂ ਹੋਈ? ਜਿਹੜੀ ਬ੍ਰੇਕ ਇੱਥੇ ਲੱਗੀ ਨਾ, ਉਸ ਬ੍ਰੇਕ ਨੇ ਆਪਣੇ ਸਾਰੇ ਪੰਜਾਬੀ ਜਾਂ ਹਿੰਦੁਸਤਾਨੀਆਂ ਦੀ ਅੰਗਰੇਜ਼ੀ ਨੂੰ ਇੱਥੇ ਹੀ ਰੋਕ ਦਿੱਤਾ। ਅੱਛਾ ਜੀ। ਅਸਲ ਵਿੱਚ ਕਦੀ ਕਿਸੇ ਟੀਚਰ ਨੇ ਦੱਸਿਆ ਹੀ ਨਹੀਂ ਕਿ ਇਜ਼, ਐਮ, ਆਰ, ਵਾਜ਼, ਵਰ, ਡੂ, ਡਜ਼, ਹੈਜ਼, ਹੈਵ, ਹੈਡ, ਡਿਡ, ਵਿਲ, ਕੈਨ, ਮੇ, ਮੈਂਟ, ਮਸਟ, ਔਟ, ਵੁੱਡ, ਕੁੱਡ, ਸ਼ੁੱਡ, ਇਹਨਾਂ ਸਾਰਿਆਂ ਦਾ ਮਤਲਬ ਵੀ ਕੀ ਹੁੰਦਾ ਜਦੋਂ ਇਹ ਵਾਕ ਦੇ ਪਹਿਲਾਂ ਲੱਗਦੇ ਆ? ਜਿਵੇਂ ਤੁਸੀਂ ਕੀ ਚਾਹੁੰਦੇ ਹੋ, ਹੁਣ ਤੁਸੀਂ ਪੰਜਾਬੀ ਚ ਮੋਹਰੇ ਆਇਆ ਤੇ ਕੀ ਚਾਹੁੰਦੇ ਹੋ ਬਾਅਦ ਵਿੱਚ ਆਇਆ, ਉੱਥੇ ਵੱਟ ਨਾਲ ਸ਼ੁਰੂਆਤ ਕਰਨੀ ਹੈ। ਜੇ ਕਹਿਣਾ ਹੋਵੇ ਕੀ ਤੁਸੀਂ ਚਾਹ ਲਓਗੇ, ਵਿਲ ਯੂ ਹੈਵ ਏ ਕੱਪ ਆਫ ਟੀ, ਜਾਂ ਵੁੱਡ ਯੂ ਹੈਵ ਏ ਕੱਪ ਆਫ ਟੀ, ਉੱਥੇ ਵਟ ਯੂ ਕੱਪ ਆਫ ਟੀ ਨਹੀਂ ਹੋਣਾ। ਅੱਛਾ, ਇਹ ਨਿੱਕੀ ਜਿਹੀ ਚੀਜ਼ ਦਾ ਜਿਹੜਾ ਬੇਸ ਆਪਣਾ ਗਲਤ ਬਣਾਇਆ, ਉਹਨੇ ਸਾਰੇ ਘਰ ਦੀ ਫਾਊਂਡੇਸ਼ਨ ਹਿਲਾ ਕੇ ਰੱਖੀ ਹੋਈ ਆ। ਆਪਾਂ ਨਲਾਇਕ ਨਹੀਂ ਹੈਗੇ, ਅੰਗਰੇਜ਼ੀ ਸਿਖਾਈ ਨਹੀਂ ਪ੍ਰੋਪਰਲੀ ਗਈ, ਇਸ ਕਾਰਨ ਸਾਡੇ ਅੰਦਰ ਨਲਾਇਕੀ ਦੀ ਹੀਨ ਭਾਵਨਾ ਰਹਿ ਗਈ। ਪਰ ਤੁਹਾਨੂੰ ਕਿਵੇਂ ਸਿਖਾਈ ਫਿਰ ਇੰਡੀਆ 'ਚ? ਬਸ ਜੀ, ਪੁੱਛੋ ਕੁਛ ਨਾ, ਜਦੋਂ ਕੋਈ ਗਮ ਦਿਲ ਨੂੰ ਲੱਗਦਾ ਹੈ ਨਾ, ਫਿਰ ਇੰਗਲਿਸ਼ ਆ ਜਾਂਦੀ ਹੈ। ਮੈਂ ਤਾਂ ਅੰਗਰੇਜ਼ੀ ਆ ਜਾਂਦੀ ਹੈ, ਫਿਰ ਕਿਤੇ ਗੀਤ ਲਿਖ ਲੱਗ ਜਾਂਦਾ ਬੰਦਾ ਜਦੋਂ ਗਮ ਲੱਗਦਾ। ਮੈਂ ਅੰਗਰੇਜ਼ੀ 'ਚ ਗੀਤ ਵੀ ਲਿਖੇ, ਅੰਗਰੇਜ਼ੀ 'ਚ ਨਾਵਲ ਵੀ ਲਿਖਿਆ। ਅੱਛਾ, ਲੇਕਿਨ ਜਦੋਂ ਤੁਹਾਨੂੰ ਕੋਈ ਐਸਾ ਗਮ ਲੱਗਦਾ, ਉਹ ਪਤਾ ਨਹੀਂ ਪ੍ਰੈਸ਼ਰ ਕਿੱਧਰ ਨੂੰ ਨਿਕਲ ਜਾਂਦਾ, ਮੇਰਾ ਅੰਗਰੇਜ਼ੀ ਵਾਲੇ ਪਾਸੇ ਨੂੰ ਹੋ ਗਿਆ। ਅੱਛਾ, ਕਿਉਂਕਿ ਮੈਨੂੰ ਲੱਗਿਆ ਕਿ ਜਿਹੜਾ ਅੰਗਰੇਜ਼ੀ ਵਿੱਚ ਮੈਂ ਕੀ ਵਿਲੱਖਣ ਜ਼ਿੰਦਗੀ 'ਚ ਕੰਮ ਕਰਾਂ ਜਿਹੜਾ ਭੈਣਾਂ ਭਰਾਵਾਂ ਨੂੰ ਸਪੋਰਟ ਕਰ ਸਕਾਂ। ਹਾਂਜੀ। ਬਣਨਾ ਮੈਂ ਜ਼ਿੰਦਗੀ 'ਚ ਐਕਟਰ ਚਾਹੁੰਦਾ ਸੀ, ਕੋਮੇਡੀਅਨ ਚਾਹੁੰਦਾ ਸੀ, ਸਿੰਗਰ ਬਣਨਾ ਚਾਹੁੰਦਾ ਸੀ। ਜੀ ਜੀ। ਸਿਆਣਿਆਂ ਨੇ ਕਿਤੇ ਪੱਲੇ ਮੇਰੇ ਪੈ ਗਏ। ਅੱਛਾ, ਉਹਨਾਂ ਨੇ ਸਮਝਾਤਾ, ਕਾਕਾ ਜੇ ਇਹ ਬਣਿਆ ਤੇ ਪਤਾ ਨਹੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਕਿ ਨਹੀਂ ਹੋਣਾ। ਮਤਲਬ ਕੀ ਤੁਹਾਡਾ, ਅਸੀਂ ਕੋਮੇਡੀਅਨ ਬਣਨਾ ਚਾਹੁੰਦੇ? ਮਤਲਬ ਇਹਦੇ ਵਿੱਚ ਮਤਲਬ ਕਿ ਫੋਕੀ ਬੱਲੇ ਬੱਲੇ ਤੇ ਤਾੜੀਆਂ ਨਾਲ ਤਾਂ ਢਿੱਡ ਭਰਨਾ ਨਹੀਂ। ਹਾਂਜੀ। ਲੇਕਿਨ ਇਹ 'ਚ ਪੈਸਾ ਬਹੁਤ ਘੱਟ ਆ। ਹਾਂਜੀ। ਕਾਮਯਾਬੀ ਜਿਹੜੀ ਕਈ ਹਜ਼ਾਰਾਂ 'ਚ ਜਿੱਦੇ ਤੇ ਕਰ ਲੱਗੇ ਲੱਗੀ ਜਾਂਦੇ, ਬਸ ਇਹੋ ਹੀ ਗੱਲ ਆ, ਪੱਲਿਓ ਲਾ ਕੇ ਵਾਪਸ ਮੁੜਦੇ ਨਹੀਂ। ਅੱਛਾ, ਕਿਸੇ ਨੂੰ ਹਸਾਉਣ ਮਾਰੇ ਸਾਡਾ ਆਪਦਾ ਰੋਣਾ ਨਿਕਲ ਜਾਂਦਾ ਘਰੇ ਜਾ ਕੇ। ਕਮੇਡੀਅਨ ਜਿੰਨਾ ਮਰਜ਼ੀ ਘਰੋਂ ਦੁਖੀ ਹੋਵੇ, ਉਹਨੂੰ ਹਸਾਉਣਾ ਹੀ ਪੈਂਦਾ। ਮੈਂ ਸਲੂਟ ਕਰਦਾ ਸਾਰੇ ਕਮੇਡੀਅਨਸ ਨੂੰ। ਕੀ ਬਾਤ, ਥੈਂਕ ਯੂ ਭਾਜੀ, ਵਾਕਈ ਬਹੁਤ ਔਖਾ ਕੰਮ ਆ। ਤੁਸੀਂ ਵੀ ਕਮੇਡੀਅਨ ਬਣਨਾ ਚਾਹੁੰਦੇ ਸੀ, ਗੱਲ ਉੱਥੇ ਹੀ ਵਾਪਸ ਲੈ ਕੇ ਆਉਣਾ। ਸੋ ਇੰਗਲਿਸ਼ ਤੁਸੀਂ ਕਿੱਦਾਂ ਸਿੱਖੇ, ਕਿਉਂ ਸਿੱਖੇ, ਜਿਹੜਾ ਤੁਹਾਨੂੰ ਗਮ ਲੱਗਿਆ ਉੱਥੇ ਹੀ ਗੱਲ ਲੈ ਕੇ ਹੋਈ? ਕਮੇਡੀਅਨ ਨਹੀਂ ਪਾਇਆ ਬਣ ਪਾਇਆ ਤੇ ਮੈਂ ਸੀਰੀਅਸ ਹੋ ਗਿਆ। ਜੀ ਜੀ। ਉਹ ਜਿਹੜਾ ਗਮ ਐਸਾ ਲੱਗਾ, ਉਹਨੇ ਮੈਨੂੰ ਅੰਗਰੇਜ਼ੀ ਸਿਖਾਤੀ। ਅੱਛਾ। ਉਹ ਅੰਗਰੇਜ਼ੀ ਸਿੱਖਦੇ ਇਸ ਲੈਵਲ ਤੇ ਚਲਾ ਗਿਆ ਕਿ ਮੇਰੇ ਅੰਦਰੋਂ ਹਾਸੇ ਫੁੱਟਣ ਲੱਗ ਪਏ। ਸੱਚੀ ਦੱਸ, ਅੰਗਰੇਜ਼ੀ ਐਸੀ ਭਾਸ਼ਾ, ਕਮਾਲ ਦੀ ਗੱਲ, ਤੁਸੀਂ ਕਿੱਧਰ ਨੂੰ ਲੈ ਗਏ ਜੀ? ਇੰਗਲਿਸ਼ ਨਹੀਂ ਆਈ, ਉਹਦੇ ਲਈ ਤੁਹਾਡਾ ਦਿਲ ਟੁੱਟ ਗਿਆ ਕਿਸੇ ਪਾਸੇ। ਜੀ। ਫਿਰ ਤੁਸੀਂ ਇੰਗਲਿਸ਼ ਦੇ ਵਿੱਚ ਵੜ ਗਏ। ਜੀ। ਠੀਕ ਹੈ ਜੀ। ਫਿਰ ਤੁਸੀਂ ਸੀਰੀਅਸ ਹੋ ਗਏ। ਜੀ। ਠੀਕ ਹੈ ਜੀ। ਵੇ ਨੰਗੋ ਕਰ ਰਹੀ ਹੋ, ਆ ਕਿਹੜੀ ਆ ਗਈ?
ਨਿੰਗ ਘਰੇ ਹੀ ਆ ਜੇ ਤੇਰੇ ਮੂੰਹ ਚ ਟਾਈ ਦੰਦ ਹੈ ਨਾ ਤੇ ਇਹ ਬਣਾ ਲੈਣੇ ਆ ਮੇਤੋਂ ਤੂੰ ਤਾਂ ਚੁੱਪੇ ਰਿਹਾ ਕਰ ਬਾਪੂ ਤੂੰ ਬਾਪੂ ਦੀ ਬੇਇੱਜ਼ਤੀ ਤੇ ਬਹੁਤ ਹੋਈ ਹੈ ਕਰ ਹਾਂਜੀ ਘਰੇ ਹੀ ਆ ਵੇ ਤੂੰ ਬੋਲਦਾ ਕਿੱਦਾਂ ਆ ਐਦਾਂ ਹਾਂਜੀ ਘਰੇ ਹੀ ਆ ਇੱਕ ਤਾਂ ਭਲਾਈ ਦਾ ਜ਼ਮਾਨਾ ਹੈ ਨਹੀਂ ਮੈਂ ਦਾਲ ਦੇਣ ਆਈ ਸੀ ਤੇ ਤੂੰ ਮਰਿਓ ਕੁਛ ਹੋਰ ਹੀ ਬੋਲਣਾ ਪਿਆ ਤੈਨੂੰ ਕਿ ਲੱਗਦਾ ਸਾਡੇ ਘਰੇ ਦਾਲ ਲੈਣਗੀ ਤੈਨੂੰ ਕਿ ਲੱਗਦਾ ਸਾਡੇ ਡੋਲ ਦੇਣ ਜਾ ਕੇ ਕੀ ਗੱਲ ਸਾਡੇ ਵੀ ਪਿਛਲੇ ਹਫਤੇ ਦੀ ਬਣੀ ਪਈ ਸੀਗੀ ਦਾਲ ਸੋਚਿਆ ਤੁਹਾਨੂੰ ਨੰਗਾ ਨੂੰ ਦੇਵਾਂ ਸਾਡੇ ਘਰੇ ਵੈਸੇ ਵੀ ਕਿਹੜਾ ਬਣਦੀ ਆ ਔਰ ਤੇਰੀ ਕੇਲੀ ਜਿਹੀ ਕਿਹੜੇ ਤੈਨੂੰ ਬਣਾ ਕੇ ਦਿੰਦੀ ਆ ਰੋਟੀ ਬਣਾ ਕੇ ਕਿਉਂ ਦਿੰਦੀ ਕਿਹਨੂੰ ਕਹਿੰਦੀ ਆ ਕੇਲੀ ਜੀ ਤੂੰ ਆ ਗਈ ਜੀ ਤੂੰ ਆ ਗਈ ਆ ਤੈਨੂੰ ਹੀ ਕਹਿੰਦੇ ਆ ਹੋਰ ਮੈਂ ਕਿਹਨੂੰ ਕਹਿਣਾ ਆ ਆਪਣਾ ਮੂੰਹ ਦੇਖਿਆ ਜਾਂ ਪਾਥੀ ਚ ਭੂਣ ਫਸਿਆ ਹੁਣ ਆਹ ਦੇਖਿਆ ਬਥੇਰੀ ਵਾਰ ਤੂੰ ਦੇਖ ਸ਼ੀਸ਼ੇ ਚ ਜਾ ਕੇ ਆਪ ਦਾ ਦੇਖਿਆ ਹੈ ਕੀ ਚਮਚੜਕ ਜਿਹੀ ਨਾ ਹੋਵੇ ਤਾਂ ਤੇਰੇ ਨਾਲ ਤਾਂ ਸੋਹਣੀ ਆ ਓਏ ਚੱਲ ਚੱਲ ਜਾ ਕੇ ਕੰਮ ਕਰ ਆਪ ਦਾ ਕਰਦੀ ਆ ਤੂੰ ਕਰ ਆਪਣਾ ਤੂੰ ਆਈ ਆ ਇੱਥੇ ਸੋਹਣੀ ਆ ਤਾਂ ਹੈਲੋ ਹੈਲੋ ਮੇਰੇ ਕੋਲ ਮੇਰੇ ਕੋਲ ਕੱਪੜੇ ਸ਼ਾਇਦ ਜ਼ਿਆਦਾ ਹੋ ਗਏ ਸੀ ਉਹ ਤੁਸੀਂ ਇਹਨਾਂ ਨੇ ਕੱਪੜੇ ਵੰਡਣ ਆਏ ਆ ਵਿਚਾਰੇ ਨੂੰ ਵੈਸੇ ਵੀ ਲੋੜ ਹੀ ਆ ਕੱਪੜੇ ਵੰਡਣ ਨਹੀਂ ਆਏ ਉਹ ਕਹਿੰਦੇ ਵਧੀਆ ਕੱਪੜੇ ਮੈਨੂੰ ਪਾ ਕੇ ਜਾਣ ਨੂੰ ਕਿਤੇ ਥਾਂ ਹੀ ਨਹੀਂ ਸੀਗੀ ਹਾਂ ਗੱਲ ਸਾਰੀ ਨਹੀਂ ਸਮਝਦੀ ਸੀਗਾ ਤੁਸੀਂ ਆਹੋ ਤੁਸੀਂ ਲੜੋ ਨਾ ਸ਼ਾਂਤੀ ਪਿਆਰ ਨਾਲ ਦੇਖੋ ਦਾਲ ਲੈ ਕੇ ਆਇਆ ਤੁਹਾਡੇ ਵਾਸਤੇ ਆਪਾਂ ਨੂੰ ਵੀ ਆਦਰ ਸਤਿਕਾਰ ਕਰਨਾ ਚਾਹੀਦਾ ਭਾਜੀ ਹਾਂਜੀ ਹਫਤਾ ਪੁਰਾਣੀ ਦਾਲ ਆ ਹੁਣ ਬੋਲੀ ਜਾਂਦਾ ਉਦੋਂ ਬੋਲਿਆ ਨੀ ਕੈਲੀ ਕਹਿ ਕੇ ਚੱਲ ਗਈ ਮੈਨੂੰ ਹੁਣ ਬੋਲਦਾ ਪਹਿਲਾਂ ਨੀ ਬੋਲਿਆ ਤੁਹਾਡਾ ਦਿਲ ਟੁੱਟ ਗਿਆ ਸੀਰੀਅਸ ਤੁਸੀਂ ਹੋ ਗਏ ਤੁਹਾਨੂੰ ਅੰਗਰੇਜ਼ੀ ਆ ਗਈ ਜੀ ਤੇ ਦਿਲ ਤਾਂ ਮੇਰਾ ਵੀ ਪੇਰ ਟੁੱਟਿਆ ਅੰਗਰੇਜ਼ੀ ਦਾ ਫੜਾ ਏ ਤੁਹਾਡਾ ਪ੍ਰੈਸ਼ਰ ਮੈਨੂੰ ਲੱਗਦਾ ਇਧਰਲੇ ਪਾਸੇ ਨਿਕਲ ਜਾਂਦਾ ਜ਼ਿਆਦਾ ਇਧਰ ਬਹੁਤ ਨਿਕਲ ਜਾਂਦਾ ਬੰਦੇ ਦਾ ਚੰਗਾ ਰਹਿਣਾ ਹੋਵੇ ਬੰਦੇ ਨੂੰ ਤਰੱਕੀ ਕਰਨੀ ਬਹੁਤ ਔਖੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਬਹੁਤ ਸਹੀ ਗੱਲ ਹੈ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਨਾ ਪੰਜਾਬੀ ਦੇ ਚੁਟਕਲਿਆਂ ਨਾਲੋਂ ਮੈਨੂੰ ਅੰਗਰੇਜ਼ੀ ਜ਼ਿਆਦਾ ਮਜ਼ਾ ਆਉਣ ਲੱਗ ਪਿਆ ਕਿਵੇਂ ਦੱਸਦਾ ਮਨਦੀਪ ਏਦਾਂ ਕਿ ਜਦੋਂ ਮੈਂ ਤੇਰੇ ਵਰਗਾ ਹੀ ਹੁੰਦਾ ਸੀ ਤੇਰੀ ਬੜੀ ਆਏ ਹੈ ਨਿਕਲ ਕੇ ਜਿਹੜੇ ਢਾਈ ਸਾ ਆਏ ਹੈ ਜੀ ਨਿਕਲ ਜਾਣੇ ਚੱਕਰ ਜੀ ਕੁੜੀ ਜਾਂਦੀ ਹੈ ਕੁੜੀ ਜਾਂਦੀ ਹੈ ਜੀ ਤੇ ਮੇਰੇ ਵਰਗਾ ਮੁੰਡਾ ਉਹ ਮਗਰ ਹੋਈ ਜਾਂਦਾ ਪਰ ਜਦੋਂ ਉਹ ਕੁੜੀ ਨੂੰ ਲੱਗਦਾ ਪਿੱਛੇ ਕੋਈ ਆ ਰਿਹਾ ਕੁੜੀ ਨਾ ਪਹਿਲਾਂ ਤੇ ਸਹਿਮ ਜਾਂਦੀ ਪਤਾ ਨੀ ਕੌਣ ਹੋਊਗਾ ਹਾਂਜੀ ਜਦੋਂ ਪਿੱਛੇ ਨੂੰ ਮੁੜਦੀ ਤੇ ਮੁੰਡਾ ਡਰ ਜਾਂਦਾ ਪਤਾ ਨੀ ਤੇ ਹੌਲੀ ਦੇਰੀ ਨੂੰ ਕਹਿੰਦਾ ਆਈ ਲਵ ਯੂ ਕਿਉਂਕਿ ਇਹਦਾ ਹਰ ਪੰਜਾਬੀ ਭਾਵੇਂ ਅਨਪੜ੍ਹ ਉਹਨੂੰ ਅੰਗਰੇਜ਼ੀ ਦਾ ਬੋਲ ਆਉਂਦਾ ਹੀ ਆ ਤੇ ਇਹ ਆ ਜਾਂਦਾ ਹਾਂਜੀ ਕੁੜੀ ਨੇ ਕਿਹਾ ਪਾਪ ਦੇਸੀ ਜਿਹਾ ਹੈਗਾ ਕੀ ਇਹਦਾ ਦਿਲ ਤੋੜਨਾ ਹਾਂਜੀ ਉਹ ਕਹਿੰਦੀ ਆ ਕਹਿੰਦਾ ਅੱਗੇ ਉਹਨੂੰ ਆਈ ਲਵ ਯੂ ਟੂ ਉਹ ਕਹਿੰਦੀ ਦਾ ਗੱਲ ਬਣ ਗਈ ਕਹਿੰਦਾ ਆਈ ਲਵ ਯੂ 3 ਐਜੂਕੇਸ਼ਨ ਨੇ ਜ਼ਿੰਦਗੀ ਬਣਾਤੀ ਹੁਣ ਜੋ ਕਰਨਾ ਚਾਹਿਆ ਮੈਂ ਆਪਣੇ ਪੈਰਾਂ ਤੇ ਸੈੱਟ ਹੋ ਕੇ ਹੁਣ ਕਰ ਰਿਹਾ ਐਕਟਿੰਗ ਵੀ ਕਰ ਰਿਹਾ ਕਾਮੇਡੀ ਵੀ ਕਰ ਲਈਦੀ ਆ ਗੀਤ ਲਿਖਦੇ ਵੀ ਆ ਗਾਈਦੇ ਵੀ ਆ ਔਰ ਆਪਣਾ ਇੰਸਟੀਚਿਊਟ ਵੀ ਚਲਾਈਦਾ ਬਿਲਕੁਲ ਜੀ ਮੈਨੂੰ ਪਤਾ ਤੁਹਾਡਾ ਜਿਹੜਾ ਗੀਤ ਆ ਉਹ ਯਾਰ ਡਾਲਰ ਨਹੀਂ ਦੇਖਿਆ ਮੇਰੀ ਜੀਨ ਲੈ ਕੇ ਭੱਜ ਗਿਆ ਇੱਕ ਜੀਨ ਸੀ ਮੈਂ ਕੱਛੇ ਚ ਫਿਰਦਾ ਪਾਰਟੀ ਤੇ ਜਾਣਾ
ਦੇ ਤੂੰ ਕਦੋਂ ਹੱਸੀ ਜਾਂਦਾ ਐਕੀ ਜੀ ਨਾ ਚੰਦਰੇ ਐਕੀ ਜੀ ਨਾ ਮੈਂ ਬਰਦੀ ਸਾਹਿਬ ਸਤਿ ਸ੍ਰੀ ਅਕਾਲ ਬਰਦੀ ਸਾਹਿਬ ਤਾਂ ਛੱਡੋ ਜੀਨ ਨੂੰ ਸਤਿ ਸ੍ਰੀ ਅਕਾਲ ਡਾਲਰ ਨੂੰ ਕਹਿ ਦੀ ਮੇਰੀ ਧਿਆਨ ਨਾਲ ਮੇਰੀ ਜੀਨ ਦੇ ਦੇ ਡਾਲਰ ਰਹਿੰਦਾ ਤੇਰੇ ਨਾਲ ਆ ਕਿ ਮੇਰੇ ਨਾਲ ਮੇਰਾ ਤਾਂ ਆਪਦਾ ਵੀ ਰੈਂਟ ਦਿੰਦਾ ਉਹ ਆਪਦਾ ਨਹੀਂ ਰੈਂਟ ਦਿੰਦਾ ਪਤਾ ਨਹੀਂ ਛੋਟਾ ਹੀ ਸਿਰ ਚੜਾਇਆ ਵਾ ਤੁਹਾਡੇ ਕੋਲ ਹੀ ਆਉਂਦਾ ਉਹ ਤੇਰੇ ਨੂੰ ਬਾਪੂ ਨਾਲ ਪਤਾ ਨਹੀਂ ਕਿਉਂ ਜਣਾ ਖੜਾ ਪੰਗਾ ਲੈਂਦਾ ਬਾਪੂ ਕੁੜੀ ਹੋ ਗਈ ਆਪਾਂ ਹੋਰ ਆ ਜਾਈਏ ਅੰਗਰੇਜ਼ੀ ਬਹੁਤ ਜ਼ਿਆਦਾ ਆਪਾਂ ਡੂੰਘੀ ਜਾਣੀ ਪੈਣੀ ਹੈ ਇਹਦੇ ਪੱਲੇ ਅੱਛਾ ਬੱਚੇ ਨੂੰ ਕਾਉ ਨਹੀਂ ਕਹਿੰਦੀ ਕਾਉ ਕਾਉ ਹੀ ਛੋਟੀ ਮਤਲਬ ਕਾਉ ਦੀ ਕਾਉ ਕਾਉ ਬੀਬੀ ਨਹੀਂ ਇਹਦਾਂ ਨਹੀਂ ਕਹਿੰਦੀ ਉਹ ਐਕਚੁਅਲੀ ਕਈ ਚੀਜ਼ਾਂ ਨੇ ਮੈਨੂੰ ਤੁਸੀਂ ਜਕਾਓ ਦੀ ਗੱਲ ਕੀਤੀ ਹੈ ਜਿੱਦਾਂ ਗਾਂ ਜਿਹੜੀ ਹੈ ਨਾ ਗਾਂ ਬੋਲਦੀ ਹੈ ਤੇ ਦੇਖੋ ਮੈਂ ਤੁਹਾਨੂੰ ਅੰਗਰੇਜ਼ੀ ਦੱਸਦਾ ਜਿੱਦਾਂ ਕਹਿੰਦੇ ਜਾਨਵਰ ਗਾਵਾਂ ਮੱਝਾਂ ਅੜਿੰਗਦੀਆਂ ਹਾਂਜੀ ਗੋਰਿਆਂ ਨੇ ਬੜੇ ਤਰੀਕੇ ਨਾਲ ਸਾਰੀਆਂ ਆਵਾਜ਼ਾਂ ਬਣਾਈਆਂ ਜਾਨਵਰਾਂ ਦੀਆਂ ਜਿੱਦਾਂ ਕਹਿੰਦੇ ਗਾਂ ਅੜਿੰਗ ਰਹੀ ਹੈ ਹੈਨਾ ਤੇ ਗਾਂ ਨੂੰ ਅੜਿੰਗਣ ਦੀ ਇੰਗਲਿਸ਼ ਹੁਣ ਕੀ ਹੁੰਦੀ ਹੈ ਤੁਹਾਨੂੰ ਕਿ ਨਵੀਂ ਚੀਜ਼ ਦੱਸਦਾ ਮੈਂ ਹਾਂਜੀ ਗੋਰਿਆਂ ਦੇਖਿਆ ਹੁਣ ਗਾਂ ਕਿਵੇਂ ਅੜਿੰਗਦੀ ਹੈ ਮੈਂ ਤੁਹਾਨੂੰ ਐਕਟਿੰਗ ਕਰਕੇ ਦਿਖਾਉਂਦਾ ਗਾਂ ਕਿੱਦਾਂ ਅੜਿੰਗਦੀ ਹੈ ਕੁਛ ਇੱਦਾਂ ਕਰਦੀ ਆ ਤੇ ਗੋਰਿਆਂ ਨੇ ਦੇਖਿਆ ਹੀਆਂ ਤਾਂ ਕੋਈ ਅੰਗਰੇਜ਼ੀ ਦਾ ਵਰਡ ਬਣਨਾ ਨਹੀਂ ਉਹਨਾਂ ਨੇ ਫਿਰ ਦੂਰੋਂ ਨਾ ਕੈਮਰੇ ਦੇ ਅੰਗਲਾਂ ਦੇਖਿਆ ਗਾਂ ਕਿੱਦਾਂ ਦੀ ਲੱਗਦੀ ਅੱਛਾ ਉਹ ਦੇਖਦੇ ਵੀ ਗਾਂ ਕਿੱਲਦੀ ਹੈ ਥੱਲੇ ਨੂੰ ਜਾਂਦੀ ਆ ਉਹ ਕਹਿੰਦੇ ਦਾ ਕਾਉ ਇਜ਼ ਲੋਇੰਗ LOW ਲੋ ਤੇ ਲੋ ਹੋ ਰਹੀ ਹੈ ਉਹ ਨੀਵੀਂ ਹੋ ਰਹੀ ਹੈ ਪੂਰਾ ਗੱਲ ਬਿਠਾ ਨਹੀਂ ਜਾਂਦੀ ਹੈ ਦੂਸਰੀ ਇੱਦਾਂ ਵੀ ਬਣਦੀ ਹੈ ਅੱਛਾ ਹਾਂਜੀ ਇੱਕ ਹੋਰ ਚੀਜ਼ ਸੁਣੋ ਗਾਂ ਦੀ ਖੋਰ ਇਹਨਾਂ ਨੇ ਗੋਰਿਆਂ ਨੇ ਅੰਗਰੇਜ਼ੀ ਬਣਾਈ ਗਾਵਾਂ ਕਈ ਵਾਰ ਇੱਦਾਂ ਬੋਲਦੀਆਂ ਨਾ ਮੂ ਹਾਂਜੀ ਤੇ ਗੋਰਿਆਂ ਨੇ ਅੰਗਰੇਜ਼ੀ ਬਣਾਤੀ MOO ਮੂ ਦਾ ਕਾਉ ਇਜ਼ ਮੋਇੰਗ 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 ਮਤਲਬ ਮੋਇੰਗ ਮਤਲਬ ਗਾਂ ਡਿੰਗ ਰਹੀ ਹੈ ਤੇ ਫਿਰ ਇੱਦਾਂ ਕਿਉਂ ਕਹਿੰਦੇ ਸਨੇਕ ਇਜ਼ ਡਾਂਸਿੰਗ ਸਨੇਕ ਡਾਂਸ ਨਹੀਂ ਕਰਦਾ ਅੰਗਰੇਜ਼ਾਂ ਨੇ ਚੀਜ਼ਾਂ ਬਣਾਈਆਂ ਨਾ ਮਨਦੀਪ ਜੀ ਬਣਾਤਾ ਜਿਹੜਾ ਕੁਛ ਨਹੀਂ ਹੁਣ ਤੁਹਾਨੂੰ ਇੱਕ ਮੈਂ ਜਿਹੜੀ ਰਿਸਰਚ ਕੈਨੇਡਾ ਆ ਕੇ ਕੀਤੀ ਨਾ ਤੁਹਾਨੂੰ ਉਹ ਵੀ ਇੱਕ ਨਵੀਂ ਦੱਸ ਤੁਸੀਂ ਜਦੋਂ ਕੈਨੇਡਾ ਆਏ ਉਹ ਵੀ ਮੈਂ ਥੋੜੀ ਥੋੜੀ ਜਿਹੀ ਗੱਲ ਸੁਣਦਾ ਪਰ ਇੱਕ ਬ੍ਰੇਕ ਲੈਣੀ ਪੈਣੀ ਹੈ ਮੈਨੂੰ ਜੀ ਥੋੜਾ ਜਿਹਾ ਰਿਕੁਆਇਰਮੈਂਟ ਹੈ ਸਾਡੀ ਵੀ ਜੀ ਦੋਸਤੋ ਬ੍ਰੇਕ ਤੋਂ ਬਾਅਦ ਮਿਲਦੇ ਆ ਤੁਹਾਡੇ ਨਾਲ ਇਸੇ ਚੈਨਲ ਤੇ ਜਿਹੜੇ ਰਿਮੋਟ ਦਾ ਲਾਲ ਬਟਨ ਨਹੀਂ ਨੱਪਣਾ ਜਿਹੜਾ ਚਿਰ ਸਾਡਾ ਪ੍ਰੋਗਰਾਮ ਚੱਲਦਾ ਧੰਨਵਾਦ ਜੀ ਹਾਂ ਦੋਸਤੋ ਤੁਸੀਂ ਜਿਹੜਾ ਹੈ ਸ਼ੋਅ ਕਾਮੇਡੀ ਹੋਮ ਦੇ ਨਾਲ ਅਸੀਂ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਸਵਾਗਤ ਕਰਦੇ ਹਾਂ ਅਤੇ ਵਿਰਦੀ ਭਾਅ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਸੋ ਗੱਲਬਾਤ ਆਪਣੀ ਇੰਗਲਿਸ਼ ਦੀ ਚੱਲ ਰਹੀ ਹੈ ਬੜੀਆਂ ਗੱਲਾਂ ਇਸ ਦੇ ਵਿੱਚ ਡੰਘਾਈ ਦੇ ਵਿੱਚ ਮੈਨੂੰ ਤਾਂ ਪਤਾ ਅੱਜ ਲੱਗਿਆ ਵੀ ਇੰਗਲਿਸ਼ ਵੀ ਜਿਹੜੀ ਕੈਮਰੇ ਨਾਲ ਬਣਦੀ ਹੈ ਮੈਂ ਤਾਂ ਤੁਹਾਨੂੰ ਦੱਸਿਆ ਵੀ ਮਿਲਦੇ ਵੀ ਸ਼ਾਇਦ ਕਿਤੇ ਫਿਲਮ ਫੁਲਮ ਇਹੋ ਜਿਹਾ ਕੁਛ ਹੀ ਬਣਦਾ ਕੈਮਰੇ ਨਾਲ ਬਾਕੀ ਬੜਾ ਵੱਡਾ ਲੌਜਿਕ ਆ ਭਾਅ ਜੀ ਇੰਗਲਿਸ਼ ਦੇ ਪਿੱਛੇ ਹੈ ਨਾ ਬਿਲਕੁਲ ਸੋ ਤੁਸੀਂ ਜਦੋਂ ਕਾਫੀ ਇੰਗਲਿਸ਼ ਸਿੱਖ ਲਈ ਜੀ ਉਸ ਤੋਂ ਬਾਅਦ ਤੁਸੀਂ ਟੀਵੀ ਦੇ ਵੀ ਕੋਈ ਫਿਲਮ ਆ ਕੋਈ ਸ਼ੋਅ ਵਗੈਰਾ ਕੀਤੇ ਤੁਸੀਂ ਆਪਦਾ ਵੀ ਸ਼ੋਅ ਆ ਤੁਹਾਡਾ ਜੀ ਮੈਨੂੰ ਪਤਾ ਜੀ ਵਿਹੜਾ ਖੁਸ਼ੀਆਂ ਦਾ ਸੋ ਅੱਜ ਸਾਡੇ ਵਿਹੜੇ 'ਚ ਖੁਸ਼ੀਆਂ ਲੱਗੀਆਂ ਪਈਆਂ ਪਰ ਉਹ ਸਿੱਧਾ ਵਿਹੜਾ ਖੁਸ਼ੀਆਂ 'ਤੇ ਆ ਗਏ ਸੀ ਕਿ ਪਹਿਲਾਂ ਵੀ ਕੁਛ ਕੀਤਾ ਸੀਗੇ ਐਕਚੁਅਲੀ ਤਾਂ ਮਨਦੀਪ ਜੀ ਅੰਗਰੇਜ਼ੀ ਅਸੀਂ ਸਿਖਾਈ ਆਪਣੇ ਕਰੀਬ 25 ਸਾਲ ਹੋ ਗਏ 24-25 ਸਾਲ ਜੀ ਜੀ ਅਤੇ ਆਪਣੇ ਕਪੂਰਥਲਾ ਸ਼ਹਿਰ ਮੇਰਾ ਹੈ ਪੰਜਾਬ ਦੇ ਵਿੱਚ ਉੱਥੇ ਅਸੀਂ ਸ਼ੁਰੂ ਕੀਤਾ ਅੱਛਾ ਅਤੇ ਫਿਰ 2004 'ਚ ਇੱਥੇ ਮੂਵ ਹੋ ਗਏ ਅਤੇ 7 ਦੇ ਅਖੀਰ ਦੇ ਵਿੱਚ ਇੱਥੇ ਵੀ ਆਪਣਾ ਕਾਲਜ ਉਹ ਸ਼ੁਰੂ ਕਰ ਦਿੱਤਾ ਹਾਂਜੀ ਇੱਥੇ ਵੀ ਤੁਸੀਂ ਕਾਲਜ ਬਣਾਇਆ ਹਾਂਜੀ ਆਪਣਾ ਵੀ ਇਸ ਵੇਲੇ ਸਰੀ ਵਿੱਚ ਯੋਰਕ ਸੈਂਟਰ ਦੇ ਵਿੱਚ ਆਪਣਾ ਕਾਲਜ ਚੱਲਦਾ ਬੜਾ ਬੜਾ ਵਧੀਆ ਪਰਮਾਤਮਾ ਦੀ ਕਿਰਪਾ ਬੜਿਆਂ ਨੂੰ ਅੰਗਰੇਜ਼ੀ ਸਿਖਾਈ ਹੈ ਔਰ ਉਹਨਾਂ ਦੇ ਪੈਰ ਲੱਗੇ ਆ ਫਿਰ ਜੋ ਜੋ ਟੈਕਨੋਲੋਜੀ ਦੇਖੋ ਅੱਜ ਵੱਧ ਰਹੀ ਹੈ ਨਾ ਜੀ ਤੁਹਾਨੂੰ ਉਹ ਜ਼ਮਾਨੇ ਦੇ ਨਾਲ ਫਿਰ ਕੀ ਆ ਕਿ ਔਨਲਾਈਨ ਕੋਰਸਿਸ ਅਤੇ ਔਨਲਾਈਨ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਹੈ ਜੀ ਜੀ ਅਤੇ ਮੈਂ 2007 ਤੋਂ ਹੀ ਟੀਵੀ 'ਤੇ ਆ ਰਿਹਾ ਮੈਂ ਹਰ ਮਹੀਨੇ ਆਪਣੇ ਆਲਮੋਸਟ ਜਿਹੜੇ ਮੇਨ ਨੈਸ਼ਨਲ ਟੀਵੀ ਹੈ ਕੈਨੇਡਾ ਦੇ ਉਹਨਾਂ 'ਤੇ ਆ ਕੇ ਅੰਗਰੇਜ਼ੀ ਦੀਆਂ ਇੱਦਾਂ ਦੀਆਂ ਟਿਪਸ ਦੇਣੀਆਂ ਫਨ ਵੇ ਦੇ ਨਾਲ ਅਤੇ ਲੋਕਾਂ ਨੂੰ ਬੜਾ ਉਮੀਦ ਜਾਗੀ ਯਾਰ ਇੱਥੇ ਅੰਗਰੇਜ਼ੀ ਕਿਤੇ ਪੰਜਾਬੀ ਵਿੱਚ ਵੀ ਕੋਈ ਸਾਨੂੰ ਪੜ੍ਹਾ ਸਕਦਾ ਹਾਂਜੀ ਅਤੇ ਫਿਰ ਕਰਦੇ ਕਰਦੇ ਹੁਣ ਪਿਛਲੇ ਸਾਲ ਸਾਡੇ ਜਿਹੜੇ ਮਿੱਤਰ ਆ ਸਾਰੇ ਹੋਸਟ ਟੀਵੀ ਦੇ ਅਤੇ ਉਹ ਕਹਿੰਦੇ ਯਾਰ ਵਿਰਦੀ ਸਾਹਿਬ ਸਾਡੇ ਤੁਹਾਡੇ ਇੰਨੇ ਫੋਨ ਕਾਲ ਆਉਂਦੇ ਹੁਣ ਤੁਸੀਂ ਆਪਣਾ ਟੀਵੀ ਪ੍ਰੋਗਰਾਮ ਲੈ ਲਓ ਅਤੇ ਲੋਕਾਂ ਦੀ ਇਸ ਤਰ੍ਹਾਂ ਆਪ ਹੀ ਸੇਵਾ ਕਰ ਲਓ ਜੀ ਮੈਨੂੰ ਵੀ ਫੋਨ ਬੜੇ ਆਇਆ ਵੀ ਹਰ ਹਫ਼ਤੇ ਸਰ ਤੁਸੀਂ ਆਇਆ ਕਰੋ ਤੁਸੀਂ ਮਹੀਨੇ ਵਿੱਚ ਇੱਕ ਵਾਰੀ ਆਉਂਦੇ ਹੋ ਇੰਗਲਿਸ਼ ਸਿਖਾਇਆ ਕਰੋ ਇੰਗਲਿਸ਼ ਸਿਖਾਇਆ ਕਰੋ ਅਤੇ ਉਹ ਪ੍ਰੋਗਰਾਮ 'ਚ ਅਸੀਂ ਅੰਗਰੇਜ਼ੀ ਫ੍ਰੀ 'ਚ ਸਿਖਾਉਣ ਦੀ ਕੋਸ਼ਿਸ਼ ਕਰੀ ਦੀ ਹੈ ਲੋਕਾਂ ਨੂੰ ਹਾਂਜੀ
ਸਿੱਧੀਆਂ ਸ਼ਬਦੀਆਂ ਟਿਪਸ ਦੇਈਦੀਆਂ ਨੇ ਜਾਂ ਹੋਰ ਜਨਰਲ ਜਿਹੜੀ ਇੱਥੇ ਕੈਨੇਡਾ ਦੀ ਮੈਂ ਸਟੱਡੀ ਕਰਕੇ ਲੋਕਾਂ ਨੂੰ ਦੱਸ ਸਕਦਾ ਜਾਂ ਬੰਦੇ ਕਾਮਯਾਬ ਹੋ ਸਕਣ ਭੈਣ ਭਰਾ ਉਹ ਕੋਸ਼ਿਸ਼ ਕਰੀਦੀ ਹੈ ਔਰ ਬੜਾ ਉਹ ਪ੍ਰੋਗਰਾਮ ਵਧੀਆ ਸਾਡਾ ਚੱਲਦਾ ਜੀ। ਅੱਛਾ ਵਿਹੜਾ ਖੁਸ਼ੀਆਂ ਦਾ, ਵਿਹੜਾ ਨਾਮ ਵਿਹੜਾ ਖੁਸ਼ੀਆਂ ਦਾ ਕਿਉਂਕਿ ਜਦੋਂ ਇੰਗਲਿਸ਼ ਆ ਗਈ ਸਮਝ ਲਓ ਖੁਸ਼ੀਆਂ ਆ ਗਈਆਂ। ਦੇਖੋ ਜੀ ਨੈਸ਼ਨਲ ਲੈਂਗੁਏਜ ਹੈ ਇੱਥੇ ਦੀ ਜੀ, ਜਦੋਂ ਇਸ ਭਾਸ਼ਾ ਤੁਹਾਨੂੰ ਇਹਦੇ ਵਿੱਚ ਤੁਹਾਡੀ ਮੁਹਾਰਤ ਹੋ ਜਾਂਦੀ ਹੈ ਤੇ ਤੁਹਾਡੇ ਘਰ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਤੁਹਾਨੂੰ ਕੰਮ ਵਧੀਆ ਮਿਲ ਜਾਂਦੇ ਆ ਜਦੋਂ ਡਾਲਰ ਆਉਂਦੇ ਆ ਜੀ ਤੇ ਡਾਲਰ ਫਿਰ ਤੁਹਾਨੂੰ ਖੁਸ਼ੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਜੀ ਜੀ, ਜੇ ਤੁਸੀਂ ਕੰਟਰੋਲ ਵੀ ਨਾ ਚੱਲੋ ਉਹਨੂੰ ਖਰਚ ਨਹੀਂ ਸਕਦੇ ਪਰ। ਹਾਂਜੀ ਮੇਰੇ ਖਿਆਲ ਇੱਦਾਂ ਦਾ ਮੇਰੇ ਲਈ ਤਾਂ ਪ੍ਰੋਗਰਾਮ ਇੱਕ ਹਿੰਦੀ ਦਾ ਵੀ ਚਾਹੀਦਾ ਕਿਉਂਕਿ ਮੈਨੂੰ ਹਿੰਦੀ ਜਮਾਂ ਹੀ ਨਹੀਂ ਆਉਂਦੀ, ਪੰਜਾਬੀ ਇੱਕ ਬੋਲ ਲੈਣਾ ਮੈਂ, ਇੰਗਲਿਸ਼ ਤਾਂ ਥੋੜ੍ਹੀ ਬਹੁਤੀ ਬੋਲ ਲੈਣਾ ਪਰ ਹਿੰਦੀ ਬਿਲਕੁਲ ਮਤਲਬ ਨਹੀਂ ਆਉਂਦੀ। ਆਪਕੋ ਹਿੰਦੀ ਮੈਂ ਵੀ ਮੈਂ ਸਿਖਾ ਸਕਦਾ ਹੂੰ, ਹਿੰਦੀ ਵੀ ਕੋਈ ਬਹੁਤ ਮੁਸ਼ਕਿਲ ਚੀਜ਼ ਨਹੀਂ ਹੈ। ਆਪ ਜਬ ਹਿੰਦੀ ਬੋਲੋ ਤਾਂ ਐਸੇ ਲੋਗੇ ਆਪ ਸ਼ੁੱਧ ਭਾਰਤੀਏ ਹੋ, ਲੇਕਿਨ ਜਦੋਂ ਤੁਸੀਂ ਪੰਜਾਬੀ ਬੋਲਣ ਲੱਗੇ ਸ਼ੁੱਧ ਪਿੰਡਾਂ ਦੇ ਰਹਿਣ ਵਾਲੇ ਹੋ, ਦੈਨ ਯੂ ਆਰ ਸਪੀਕਿੰਗ ਇੰਗਲਿਸ਼, ਯੂ ਸ਼ੁੱਡ ਬੀ ਫੀਲਿੰਗ ਲਾਈਕ ਦੈਟ ਯੂ ਆਰ ਬੋਰਨ ਇਨ ਕੈਨੇਡਾ ਔਰ ਇਨ ਇੰਗਲੈਂਡ। ਨਾ ਜੀ ਭਾਸ਼ਾ ਆਉਂਦੀ ਭਾਜੀ ਕੋਈ ਕੋ ਮਤਾ ਲੇ ਬੂ, ਆਪ ਕੈਸੇ ਹੋ, ਉਹ ਆ ਵੀ ਤੇ ਬੂ, ਆਪ ਕਹਾਂ ਰਹਤੇ ਹੋ, ਦਿਸ ਇਜ਼ ਫ੍ਰੈਂਚ। ਹਾਂਜੀ ਅਸੀਂ ਤਾਂ ਕੈਨੇਡਾ ਰਹਿੰਦੇ ਭਾਜੀ, ਤੁਸੀਂ ਆਪ ਦੇ ਸੁਣਾਓ। ਮੇਰਾ ਹੀ ਬੀ ਹੈ, ਮੈਨੂੰ ਪਤਾ ਮੈਂ ਤੁਹਾਨੂੰ ਕਿਹਾ ਧਿਆਨ ਹੀ ਨਾ ਦਿਓ, ਜਿੰਨਾ ਚਾਹ ਝਾਕ ਦੇਣਾ ਉਹਨਾਂ ਜਵਾਕਾਂ ਨੂੰ ਚਾਂਭ ਲਿਆ ਦਾ। ਤਾਂ ਗੱਲ ਜਿਹੜੀ ਤੁਸੀਂ ਕਿਹੜੀ ਭਾਸ਼ਾ ਅੰਗਰੇਜ਼ੀ ਸਿੱਖਣੀ ਸੀਗੀ ਤਾਂ ਮੈਂ ਸੋਚਿਆ ਅੱਜ ਤੁਹਾਡੇ ਘਰੇ ਬੈਠੀ ਦਾ ਮੈਂ ਅੰਗਰੇਜ਼ੀ ਸਿੱਖ ਲਈ। ਬਹਿ ਜਾ ਚੁੱਪ ਕਰਕੇ ਡਿੱਗਣਾ ਬਈ, ਆ ਦੇਖ ਲਾ ਡਾਡਾ ਭਾਈ ਪਤਾ ਨੀ ਕਿੱਧਰੋਂ ਆਇਆ ਦਾ। ਸ਼ੁਕਰ ਕਰੋ ਕੈਨੇਡਾ ਚ ਖਾਲੀਆਂ ਨੀ, ਖਾਲੀਆਂ ਨੀ ਡਿੱਗਦਾ ਸੀਗਾ ਇੰਡੀਆ। ਹਾਂਜੀ ਇੱਥੇ ਤਾਂ ਹੈ ਨੀ, ਤਾਂ ਕਰਕੇ ਬਚਾ ਰਹਿੰਦਾ ਇੱਥੇ ਵੱਧ ਤੋਂ ਵੱਧ ਬਾਪੂ ਦੇ ਪੈਰਾਂ ਡਿੱਗਦੇ। ਵੇੜ ਮਾਰ ਰਹੀ ਹੈ ਜੋ ਬੋਲਣ ਨੀ ਦਿੰਦਾ ਤੂੰ, ਮੇਰੀ ਤਾਂ ਕਈ ਵਾਰੀ ਗੋਰਾਂ ਨਾਲ ਲੜਾਈ ਹੁੰਦੀ ਹੈ, ਸੀ ਯੂ ਦਾ ਮਤਲਬ ਤੈਨੂੰ ਦੇਖਣਾ, ਤੁਹਾਡੀ ਗੱਲ ਬਹੁਤ ਵਧੀਆ, ਮੈਂ ਤੁਹਾਨੂੰ ਪਰ ਉਹਦਾ ਜਵਾਬ ਦਊਂਗਾ। ਅੱਛਾ ਮੈਂ ਰਿਸਰਚ ਕੀਤੀ ਜਦੋਂ ਮੈਂ ਪਾਇਆ ਕਿ ਇਹ ਸੀ ਯੂ ਗੋਰੇ ਕਿਉਂ ਕਹਿੰਦੇ ਆ, ਅੱਜ ਤੁਹਾਨੂੰ ਉਹਦਾ ਆਪਾਂ ਜਵਾਬ ਦੇਣੇ, ਆਪਣੇ ਦਰਸ਼ਕਾਂ ਨੂੰ ਵੀ ਆਪਾਂ ਜਵਾਬ ਦੇਣੇ, ਮਤਲਬ ਲੜਨ ਦੀ ਲੋੜ ਨਹੀਂ, ਨਾ ਬਿਲਕੁਲ ਨਹੀਂ। ਅੱਛਾ ਫਿਰ ਉਹੀ ਗੱਲ ਜਦੋਂ ਆਪਾਂ ਨੂੰ ਵੱਟ ਦਾ ਮਤਲਬ ਕੀ ਗਲਤ ਦੱਸਿਆ ਸੀ ਨਾ, ਅਧੂਰਾ ਦੱਸਿਆ ਸੀ, ਉਸੇ ਤਰ੍ਹਾਂ ਹੀ ਸੀ ਦਾ ਮਤਲਬ ਵੀ ਸਾਨੂੰ ਇਨਕੰਪਲੀਟ ਦੱਸਿਆ ਹੋਇਆ, ਉਹਦਾ ਮਤਲਬ ਤਾਂ ਹੈ ਦੇਖਣਾ ਪਰ ਕਿੱਦਾਂ ਦਰਸ਼ਨ ਕਰਨ ਦੇ ਅੰਦਾਜ਼ ਨਾਲ ਵੇਖਣਾ। ਜਦੋਂ ਆਪਾਂ ਹੁਣ ਮਿਲ ਕੇ ਵਿਛੜਨਾ, ਆਪਾਂ ਗੋਰੇ ਨੂੰ ਜਾਂ ਗੋਰੀ ਨੂੰ ਕਹਿੰਦੇ ਓਕੇ ਸੀ ਯੂ ਟੁਮੋਰੋ, ਸੀ ਯੂ ਲੇਟਰ, ਚੰਗਾ ਜੀ ਤੁਹਾਡੇ ਫਿਰ ਦਰਸ਼ਨ ਕਰਾਂਗੇ, ਇੱਥੇ ਉਹ ਨੀ ਤੈਨੂੰ ਦੇਖ ਲਊ ਫਿਰ, ਹਰ ਵੇਲੇ ਤੁਸੀਂ ਦੇਖੋ ਇਸ ਤਰ੍ਹਾਂ ਦੇ ਰੂਪ ਚ ਰਹਿੰਦੇ ਹੋ, ਇੰਨੇ ਸੋਹਣੇ ਸੁਨੱਖੇ ਲੱਗਣ ਵਾਲੇ, ਪਰ ਤੁਸੀਂ ਜਦੋਂ ਇੱਦਾਂ ਝੂਲਦੇ ਆ ਨਹੀਂ ਚੰਗਾ ਲੱਗਦਾ, ਮੁੱਛ ਖੜੀ ਤੁਹਾਡੀ ਪੰਜਾਬੀਆਂ ਦਾ ਰੋਹਬ ਯਾਰ ਉਹ ਲੱਗਦਾ ਹੈ ਨਾ, ਉਹ ਸਹੀ ਕਰਦਾ ਮੇਰੇ ਹਿਸਾਬ ਨਾਲ, ਤੁਸੀਂ ਛੱਡੋ ਵਰਦੀ ਭਾਜੀ ਜੀ, ਗੱਲ ਆਪਾਂ ਕਰਦੇ ਆ, ਤੁਸੀਂ ਇੱਕ ਪਿੰਡ ਤੇਰਾ ਗੀਤ ਗਾਇਆ, ਪਿੰਡ ਤੇਰਾ ਤੈਨੂੰ ਹਾਂਜੀ ਯਾਦ ਕਰਦਾ, ਤੇ ਇਹ ਗੀਤ ਤੁਸੀਂ ਬੜਾ ਵਧੀਆ ਗਾਇਆ, ਯੂਟਿਊਬ ਤੇ ਬੜੇ ਤੁਹਾਡੇ ਵਿਊ ਹੋ ਚੁੱਕੇ ਆ ਹੁਣ ਤੱਕ, ਤੇ ਮੇਰਾ ਵੀ ਬੜਾ ਫੇਵਰੇਟ ਗੀਤ ਆ, ਵਾਕਈ ਹਰੇਕ ਬੰਦੇ ਨੂੰ ਲੱਗਦਾ ਸ਼ਾਇਦ ਕਿਤੇ ਮੇਰੀ ਗੱਲ ਹੋ ਰਹੀ ਆ ਗੀਤ ਦੇ ਵਿੱਚ ਜੀ, ਤਾਂ ਇਹ ਤੁਸੀਂ ਗੀਤ ਆਪ ਲਿਖਿਆ ਕਿ ਕਿਸ ਤੋਂ ਲਿਆ ਸੀ, ਇਕੱਲਾ ਗਾਇਆ ਹੀ ਆ? ਇਸ ਤਰ੍ਹਾਂ ਹੋਈ ਜੀ ਕਿ ਅਸੀਂ ਇੱਕ ਫਿਲਮ ਬਣਾਈ ਹੈ ਪਾਲ ਦੀ ਉੱਤੇ, ਸਾਡੇ ਡਾਇਰੈਕਟਰ ਨੇ ਕੋਈ ਆਪਣੇ ਉਹਨਾਂ ਨੇ ਸ਼ੁਰੂ ਕੀਤੀ,
ਜਦੋਂ ਮੈਂ ਉਹਨਾਂ ਪਾਲ ਦੀ ਪਿੰਡ ਪਾਲ ਦੀ ਪਿੰਡ ਉੱਪਰ ਜੀ ਇਹ ਪਾਲ ਦੀ ਬਹੁਤ ਸਾਰਿਆਂ ਨੂੰ ਪਤਾ ਨਹੀਂ ਹੈ ਕੀ ਚੀਜ਼ ਹੈ ਜੀ ਇਹ ਹੁਸ਼ਿਆਰਪੁਰ ਦੇ ਲਾਗੇ ਇੱਕ ਪਿੰਡ ਪੈਂਦਾ ਹੁਸ਼ਿਆਰਪੁਰ ਦੇ ਵਿੱਚ ਮਾਲਪੁਰ ਦੇ ਨਜ਼ਦੀਕ ਪਾਲ ਦੀ ਪਿੰਡ ਹੈ ਅੱਛਾ ਜਿੱਥੋਂ ਦਾ ਇੱਕ ਮੇਵਾ ਸਿੰਘ ਨਾਂ ਦਾ ਬੰਦਾ 17-18 ਸਾਲਾਂ ਦਾ ਉਹ ਆ ਗਿਆ ਸੀ ਇੱਥੇ ਕਹਿਣ ਮੇਵਾ ਸਿੰਘ ਉੱਥੇ ਮਈਆ ਸਿੰਘ ਕਹਿੰਦੇ ਸੀ ਫਿਰ ਇੱਥੇ ਆ ਕੇ ਮੇਓ ਸਿੰਘ ਬਣ ਗਿਆ ਗੋਰਿਆਂ ਦੇ ਨਾਮ ਵਾਲਾ ਉਹ ਬੰਦੇ ਨੇ ਇੱਥੇ ਆ ਕੇ ਵੈਂਕੂਵਰ ਆਈਲੈਂਡ ਤੇ ਆਪਣੀ ਮਿਹਨਤ ਕਰਕੇ ਨਾਲ ਇੱਕ ਫੈਕਟਰੀ ਇੱਕ ਮਿੱਲ ਚਲਾਈ ਔਰ ਆਪਣਾ ਉੱਥੇ ਗੁਰਦੁਆਰਾ ਇੱਕ ਸਟੈਬਲਿਸ਼ ਕੀਤਾ ਨਾਲ ਇੱਕ ਪਿੰਡ ਪੂਰ ਦਾ ਪੂਰਾ ਵਸਾ ਲਿਆ ਮਿਲ ਦੇ ਨਾਲ ਲੋਕਾਂ ਨੂੰ ਉੱਥੇ ਘਰ ਬਣਾ ਕੇ ਦੇ ਤੇ ਔਰ ਉਸਨੇ ਆਪਣੀ ਉਸ ਜਗ੍ਹਾ ਦਾ ਪਾਲ ਦੀ ਪਿੰਡ ਨਾਂ ਰੱਖ ਲਿਆ ਜਦਕਿ ਆਪਣਾ ਉਸ ਵੇਲੇ ਇੰਡੀਆ ਦੀ ਗੁਲਾਮ ਸੀ ਕਿੱਡੀ ਵੱਡੀ ਸੋਚ ਉਸ ਟਾਈਮ ਤੇ ਇੱਥੇ ਆ ਕੇ ਇੱਕ ਵੱਖਰੇ ਪਿੰਡ ਬਣਾ ਲਿਆ ਇੱਕ ਵੱਖਰਾ ਪਿੰਡ ਬਣਾ ਲਿਆ ਔਰ ਇਸ ਵੇਲੇ ਉਹ ਪਿੰਡ ਜਿਹੜਾ ਉਜਾੜ ਵਾਲੀ ਹਾਲਤ ਵਿੱਚ ਪਿਆ ਜਦੋਂ ਮੈਂ ਉਸਦੀ ਹਿਸਟਰੀ ਜਾਣੀ ਮੈਂ ਉਸ ਇਨਸਾਨ ਦੀ ਜਿੰਨੀ ਕਹੋ ਵੀ ਉਹਦੀ ਇੱਕ ਮੋਟੀਵੇਸ਼ਨ ਸੀ ਉਹਨੂੰ ਜਿੰਨਾ ਉਤਸ਼ਾਹ ਸੀ ਜਿਉਣ ਦਾ ਮੈਂ ਬੜਾ ਉਸ ਤੋਂ ਪ੍ਰੇਰਿਤ ਹੋਇਆ ਤੇ ਉਸ ਪ੍ਰੇਰਨਾ ਚ ਮੈਂ ਉਹ ਫਿਲਮ ਵਾਸਤੇ ਗੀਤ ਲਿਖ ਗਿਆ ਅਸੀਂ ਉਹ ਗਾਣਾ ਰਿਲੀਜ਼ ਕਰ ਚੁੱਕੇ ਹਾਂ ਤੇ ਉਹ ਫਿਲਮ ਦੇ ਵਿੱਚ ਮੇਨ ਟਾਈਟਲ ਸੌਂਗ ਆ ਰਿਹਾ ਤੇ ਅਸੀਂ ਉਸ ਦੇ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੇਵਾ ਸਿੰਘ ਹੋਣੀ ਤੇ ਉਸ ਟਾਈਮ ਦੇ ਆਏ ਹੋਏ ਬੰਦੇ ਜਿਨ੍ਹਾਂ ਨੇ ਵੈਸਟ ਕੋਸਟ ਤੇ ਪੰਜਾਬੀਆਂ ਦੇ ਵਸਣ ਵਾਸਤੇ ਫਾਊਂਡੇਸ਼ਨ ਪਾਈ ਕਹਿ ਲਓ ਅੱਜ ਅਸੀਂ ਉਹਨਾਂ ਦੀ ਬਦੌਲਤ ਇੱਥੇ ਪੰਜਾਬ ਮਹਿਸੂਸ ਕਰਦੇ ਹਾਂ ਉਹਨਾਂ ਨੂੰ ਯਾਦ ਕਰਨਾ ਮੈਨੂੰ ਲੱਗਿਆ ਸਾਰਿਆਂ ਨੂੰ ਯਾਦ ਦਿਵਾਉਣਾ ਇਹ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਬਿਲਕੁਲ ਵਧੀਆ ਗੱਲ ਆ ਭਾਜੀ ਤੁਸੀਂ ਉਹਨਾਂ ਦੇ ਜਿਹੜੇ ਡਾਕੂਮੈਂਟਰੀ ਬਣਾਈ ਪਹਿਲਾਂ ਤਾਂ ਹੁਣ ਉਸ ਤੇ ਇੱਕ ਮੂਵੀ ਬਣਾ ਰਹੇ ਹੋ ਬਹੁਤ ਵਧੀਆ ਪਾਲ ਦੀ ਮੂਵੀ ਆ ਨਾਮ ਉਸਦਾ ਮੂਵੀ ਦਾ ਨਾਮ ਕੀ ਆ ਮੂਵੀ ਦਾ ਨਾਮ ਜਿਹੜਾ ਆ ਰਿਹਾ ਸਾਡਿਆ ਉਹ ਹੈ ਮਦਰਲੈਂਡ ਅੱਛਾ ਤੇ ਇੱਕ ਮੈਂ ਉਹਦੇ ਤੇ ਡਾਕੂਮੈਂਟਰੀ ਬਣਾਈ ਆ ਮੇਵਾ ਸਿੰਘ ਦੇ ਟਾਈਮ ਤੇ ਜੋ ਉਸਨੇ ਬੰਦੇ ਨੇ ਬਿਜ਼ਨਸ ਕੀਤਾ ਜੀ ਤੇ ਅੱਜ ਦੇ ਜੋ ਇੱਥੇ ਕਾਮਯਾਬ ਬਿਜ਼ਨਸਮੈਨ ਨੇ ਮੈਂ ਉਹਨਾਂ ਦੀ ਕੁਛ ਇੱਕ ਜਾਣਿਆਂ ਦੀ ਇੰਟਰਵਿਊ ਕੀਤੀ ਵੀ ਜੇ ਉਹਨਾਂ ਨੂੰ 100 ਸਾਲ ਪਹਿਲਾਂ ਬਿਜ਼ਨਸ ਕਰਨਾ ਪੈਂਦਾ ਜਿਸ ਵੇਲੇ ਇੰਡੀਆ ਆਪਣਾ ਗੁਲਾਮ ਸੀ ਔਰ ਆਪਾਂ ਨੂੰ ਇੱਥੇ ਇੰਨੀ ਨਫ਼ਰਤ ਕੀਤੀ ਜਾਂਦੀ ਸੀ ਉਹ ਕਿਵੇਂ ਕਾਮਯਾਬ ਹੁੰਦੇ ਜੀ ਭਾਜੀ ਇੰਗਲਿਸ਼ ਦੀਆਂ ਵੈਸੇ ਵੀ ਮੈਨੂੰ ਬਹੁਤ ਗੱਲਾਂ ਆਉਂਦੀਆਂ ਵੈਸੇ ਜਿੱਦਾਂ ਹੁਣ ਮੈਂ ਸੁਭਾਅ ਉੱਠਦਾ ਆਪਾਂ ਡਿਨਰ ਕਰਕੇ ਆਪਦਾ ਆਰਾਮ ਨਾਲ ਸਾਰਾ ਦਿਨ ਵਧੀਆ ਫਰੈਸ਼ ਰਹੀਦਾ ਜੀ ਹਾਂਜੀ ਏਦਾਂ ਦੇ ਕੋਈ ਚੱਕਰ ਨਹੀਂ ਮੈਨੂੰ ਇੰਗਲਿਸ਼ ਦੀ ਸਭ ਬਹੁਤ ਗੱਲਾਂ ਪਤਾ ਪਰ ਮੁੰਡਿਆ ਕਿਉਂ ਪੰਗੇ ਲਈ ਜਾਂਦਾ ਬਾਪੂ ਨਾਲ ਯਾਰ ਮੁੰਡਿਆ ਖੜ ਘੰਟਾ ਹੋ ਗਿਆ ਤੰਗ ਕਰੀ ਜਾਂਦੇ ਨੂੰ ਬਾਪੂ ਤੂੰ ਵੀ ਯਾਰ ਤੂੰ ਫੜ ਕੇ ਰੱਖ ਲੈ ਕਰ ਫੜ ਕੇ ਰੱਖ ਲੈ ਕਰ ਖੋ ਕੇ ਬਾਪੂ ਬਾਪੂ ਰੇ ਸਾਰੀ ਉਮਰ ਮੈਨੂੰ ਕੁੱਟੀ ਗਿਆ ਛੋਟੇ ਹੁੰਦੇ ਨੂੰ ਹੁਣ ਤੇਰੇ ਉਹਦੇ ਇੱਕ ਮਾੜੀ ਜੀ ਮਾਰਦੇ ਪੂਪਣੀ ਜੀ ਤੂੰ ਮਾਰ ਦੇ ਤੂੰ ਲਾ ਕੁੱਤ ਕਰ ਵੈਦੀ ਭਾਜੀ ਜੀ ਜੀ ਮੈਨੂੰ ਇੱਕ ਗੱਲ ਦਾ ਗੱਲ ਦੱਸੋ ਜੀ ਇੰਗਲਿਸ਼ ਤਾਂ ਠੀਕ ਹੋ ਜੀ ਮੈਨੂੰ ਇੰਗਲਿਸ਼ ਦੇ ਵਿੱਚ ਇੱਕ ਗੱਲ ਨਹੀਂ ਪਤਾ ਲੱਗਦੀ ਜੀ ਜਿੱਦਾਂ ਕਈ ਵਾਰੀ ਆਪਣੇ ਦਰਵਾਜ਼ੇ ਹੁੰਦੇ ਆ ਹਾਂਜੀ ਦਰਵਾਜ਼ਾ ਖੋਲਦੇ ਆ ਦਰਵਾਜ਼ਾ ਖੋਲਦੇ ਜੀ ਦਰਵਾਜ਼ਾ ਜੀ ਇਹਨੂੰ ਕਹਿੰਦੇ ਆ ਜੀ ਦ ਡੋਰ ਇਜ਼ ਸਕੁਈਕਿੰਗ ਦ ਡੋਰ ਇਜ਼ ਕ੍ਰੀਕਿੰਗ ਐਂਡ ਸਕੁਈਕਿੰਗ ਪਲੀਜ਼ ਆਇਲ ਇਟ ਇਹਨੂੰ ਤੇਲ ਦੇ ਦਿਓ ਪਲੀਜ਼ ਆਇਲ ਦ ਹਿੰਜ ਆਫ ਦੀ ਡੋਰ ਕਿਹੜਾ ਤੇਲ ਹੈ ਜੀ ਸਰੋਂ ਵਾਲਾ ਚਾਹੇ ਸਰੋਂ ਦਾ ਦੇ ਦਿਓ ਚਾਹੇ ਮਿੱਟੀ ਦਾ ਪਾ ਦਿਓ ਚਾਹੇ ਜੰਗਾਲ ਲੱਗਿਆ ਹੋਊਗਾ ਬਹੁਤ ਵਧੀਆ ਲੱਗਿਆ ਵੀਰ ਦੀ ਭਾਈ ਤੁਹਾਡੇ ਨਾਲ ਗੱਲਾਂ ਕਰਕੇ ਹੋਰ ਵੀ ਬੜੀਆਂ ਗੱਲਾਂ ਦਿਮਾਗ 'ਚ ਨੇ ਪਰ ਸਮਾਂ ਜਿਹੜਾ ਬੜਾ ਥੋੜਾ ਹੈਗਾ ਹੋ ਸਕਿਆ ਤਾਂ ਕਿਸੇ ਦਿਨ ਫੇਰ ਸਾਡੇ ਘਰੇ ਫੇਰਾ ਪਾਇਆ ਭਾਜੀ ਉਮੀਦ ਕਰਦਾ ਤੁਸੀਂ ਵੀ ਇੰਜੋਏ ਕੀਤਾ ਹੋਵੇਗਾ ਮੈਂ ਬਹੁਤ ਇੰਜੋਏ ਕੀਤਾ ਜੀ ਤੇ ਇਸ ਟੀਵੀ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਨੂੰ ਤੁਹਾਡੀ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਹੋ ਔਰ ਪਬਲਿਕ ਬਹੁਤ ਲਾਈਕ ਕਰਦੀ ਹੈ ਤੇ ਤੁਸੀਂ ਇਸੇ ਤਰ੍ਹਾਂ ਹੀ ਹੱਸਦੇ ਖੇਡਦੇ ਰਹੋ ਲੋਕਾਂ ਨੂੰ ਹਸਾਉਂਦੇ ਰਹੋ ਤੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਜੀ ਜੀ ਹਾਂ ਦੋਸਤੋ ਤੁਸੀਂ ਵੀ ਹੱਸਦੇ ਵਸਦੇ ਰਹੋ ਤੇ ਅਗਲੇ ਹਫ਼ਤੇ ਫਿਰ ਇੱਕ ਨਵਾਂ ਭਾਗ ਨਵਾਂ ਐਪੀਸੋਡ ਤੁਹਾਡੇ ਲਈ ਲੈ ਕੇ ਆਵਾਂਗੇ ਉਮੀਦ ਕਰਦਾ ਤਦ ਤੱਕ ਤੁਸੀਂ ਖੁਸ਼ ਰਹੋਗੇ ਧੰਨਵਾਦ ਜੀ